ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਅਰੀ ਫਾਰਮ ਕਲਾਲਾ ਦੇ ਵਿੱਚ। ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ, ਉਹਨਾਂ ਨੂੰ ਰਿਕੁਐਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਲੱਗਿਆ ਬੈੱਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਕਿਸਾਨ ਵੀਰੋ, ਅੱਜ ਆਪਾਂ 5 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਅਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪਾਂ ਵੀਡੀਓ ਕਵਰ ਕਰ ਰਹੇ ਹਾਂ। 5 ਨਵੰਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ। ਸੋ ਕਿਸਾਨ ਵੀਰੋ, ਵੀਡੀਓ ਦੇ ਐਂਡ ਤੱਕ ਬਣੇ ਰਹੋ। ਨਗਦ ਆਪਾਂ ਅੱਜ ਤੁਹਾਨੂੰ 5 ਸਹੀ ਦਿਖਾਵਾਂਗੇ, ਪਰ ਦਿਖਾਵਾਂਗੇ ਪੂਰੇ ਟੌਪ ਦੇ। ਇੱਕ ਬੈੜ ਇਹਨਾਂ 'ਚ ਤਾਜ਼ੀ ਸੂਈ ਹੋਈ ਜਿਹੜੀ 1 ਨੰਬਰ 'ਤੇ ਖੜੀ ਆ, ਅਤੇ ਆਹ ਬੈੜਾਂ ਤੁਹਾਨੂੰ ਜਿਹੜੀਆਂ ਚਿੱਟੀਆਂ ਨੇ, ਇੱਕ ਐਰ ਸ਼ਹਿਰ ਆ, ਇੱਕ ਫੁੱਲ ਬਰੀਡ 'ਚ ਬੱਸੀ ਆ, ਇੱਕ ਹਜੇ ਕੱਚੀਆਂ ਨੇ 7-8 ਦਿਨਾਂ ਦੀਆਂ, ਜੋੜਾ ਇੱਕੋ ਫਾਰਮ 'ਚੋਂ ਲਿਆ, ਇੱਕ ਬੱਛੀ ਹੈ ਜਰਸੀ ਦਿਖਾਵਾਂਗੇ ਕਾਲੇ ਰੰਗ 'ਚ, ਅਤੇ ਇੱਕ ਗੋਲਡਨ ਕਲਰ 'ਚ ਜਰਸੀ ਦਿਖਾਵਾਂਗੇ। ਵੀਡੀਓ ਦੇ ਐਂਡ ਤੱਕ ਬਣੇ ਰਹੋ। ਅਤੇ ਇੱਧਰ ਆਪਾਂ ਇੱਕ ਐਚ ਬੱਸੀ ਗੱਭਣ 5-7 ਦੀ ਕੱਚੀ ਅਤੇ ਇੱਕ ਜਰਸੀ ਪਹਿਲਾ ਸੂਆ ਸੂਰੀ ਆ ਬੱਚੀ 7 ਦੀ ਕੱਚੀ, ਇਹ ਦਿਖਾਵਾਂਗੇ। ਇੱਕ ਤਾਜ਼ੀ ਸੂਈ ਬੈੜ ਦਿਖਾਵਾਂਗੇ, ਬਾਕੀ 5-7 ਨਾਗ ਜਿਹੜੇ ਨੇ ਉਹ 7-10 ਦਿਨ ਦੇ ਕੱਚੇ ਦਿਖਾਵਾਂਗੇ। ਸੋ ਵੀਡੀਓ ਦੇ ਐਂਡ ਤੱਕ ਬਣੇ ਰਿਹੋ। ਕਰਦੇ ਹਾਂ ਗੱਲ ਸਟਾਰਟ ਆਪਾਂ 1 ਨੰਬਰ ਵਾਲੀ ਬੱਸੀ ਤੋਂ। ਪਹਿਲਾ ਸੂਆ ਸੂਈ ਆ, ਮਗਰ ਮੇਲ ਕਾਫ ਆ ਇਹਦੇ, ਸੋਹਣਾ ਥਣ ਲੱਗਿਆ ਹੋਇਆ। ਅੱਜ 4th-5th ਦਿਨ ਇਹਨੂੰ ਸੂਈ ਨੂੰ ਆ, ਅਤੇ ਇਹਦੇ ਹੇਠਾਂ ਇਸ ਟਾਈਮ 15 ਕਿਲੋ ਬੋਹਲਾ, 15-16 ਕਿਲੋ ਬੋਹਲਾ ਰੇੜੀ ਆ। ਅਤੇ 1 ਨੰਬਰ 'ਤੇ ਬੱਚੀ ਆ ਗਈ ਇਹ, ਉੱਚਾ ਲੰਮਾ ਵੱਡਾ ਕੱਦ ਕਾਠਾ, ਸੋਹਣਾ ਥਣ ਲੱਗਿਆ। ਨੇੜ ਤੋਂ ਥਣ ਚੈੱਕ ਕਰਾਵਾਂਗੇ, ਠੰਡੀ ਸੀਲ ਪੂਰੀ ਆ, ਬਰਫ਼ ਵਰਗੀ ਆ ਥਣ ਦੇ ਸਾਹ, ਤੁਸੀਂ ਸੋਹਣਾ ਮੁੱਠੀ ਵਾਲਾ ਥਣ ਲੱਗਿਆ ਹੋਇਆ ਗਾ। ਇਹ ਪਹਿਲੇ ਨੰਬਰ 'ਤੇ ਚ ਬੱਸੀ ਆ ਗਈ, ਪਹਿਲਾ ਸੂਆ ਸੂਈ ਹੋਈ ਆ। ਤੋਰ ਕੇ ਦਿਖਾ ਪੁੱਤ ਨੂੰ, ਤੋਰ ਕੇ ਦਿਖਾ ਦੇ। ਸੋ ਜਿਹੜਾ ਰੇਟ ਰਹੂਗਾ ਉਹ 50,000 ਤੋਂ ਲੈ ਕੇ 90,000 ਤੱਕ ਰੇਟ ਰਹੂ ਬੈੜਾਂ ਦਾ। ਦੇਖ ਸਕਦੇ ਤੁਸੀਂ ਪਹਿਲਾ ਸੂਆ ਬੱਸੀ ਸੂਈ ਹੋਈ ਆ, ਮਟਕ ਮਟਕ ਚਾਲ ਆ, ਅੱਗੇ ਪਿੱਛੇ ਦਾ ਹਵਾਨਾ। ਇਹ ਮੇਲ ਕਾਫ ਇਹਦੇ ਮਗਰ ਆ, 5th ਦਿਨ ਸੂਈ ਨੂੰ ਆ। ਹੁਣ 15-16 ਕਿਲੋ ਬੋਹਲਾ ਰੇੜੀ ਆ, ਲੈ ਚੱਲ ਵੱਧ ਲੈ ਚੱਲ। ਰੇਟ ਆ ਜਿਹੜਾ ਆਪਣੇ ਫਾਰਮ 'ਤੇ ਅੱਜ ਉਹ 50,000 ਤੋਂ ਲੈ ਕੇ 90,000 ਤੱਕ ਦਾ ਰਹੂਗਾ। ਅਤੇ ਪਹਿਲਾ ਦੂਜਾ ਸੂਆ ਬੈੜਾ ਹੋਣਗੀਆਂ, ਦੁੱਧ ਦੀ ਕਪੈਸਿਟੀ ਮੰਨ ਕੇ ਚੱਲੋ ਵੀ 20 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਰਹੂਗੀ। ਸੋ 1 ਨੰਬਰ 'ਤੇ ਆਪਾਂ ਤੁਹਾਨੂੰ ਪਹਿਲਣ ਬੈੜ ਦਿਖਾ ਚੁੱਕੇ ਹਾਂ, ਪਹਿਲਾ ਸੂਆ ਸੂਈ ਹੋਈ ਆ, ਤਾਜ਼ੀ ਸੂਈ ਆ, ਮਗਰ ਮੇਲ ਕਾਫ ਆ, ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਗਾ। ਵੀਡੀਓ ਬਣਾਉਣ ਦਾ ਟਾਈਮ 5 ਨਵੰਬਰ ਨੂੰ ਆਪਣਾ 4:30 ਦਾ ਟਾਈਮ ਆ। ਸੋ ਉਸ ਹਿਸਾਬ ਨਾਲ ਇਹਦੇ ਹਵਾਨੇ ਦੀ ਜੱਜਮੈਂਟ ਕਰ ਲਿਓ। ਤੁਸੀਂ ਦੇਖ ਸਕਦੇ ਹੋ ਟਾਈਮ ਆ ਜਿਹੜਾ, ਚੈੱਕ ਕਰਾ ਦਿੰਦੇ ਹਾਂ, 4:00 ਵਜਣ ਵਾਲੇ ਆ। ਮੈਂ 4:30 ਕਿਹਾ ਸੀ, 4:00 ਵਜਣ ਵਾਲੇ ਆ। ਉਸ ਹਿਸਾਬ ਨਾਲ ਇਹਦਾ ਹਵਾਨਾ ਇਹਨੇ ਸ਼ਾਮ ਨੂੰ ਹੋਰ ਭਰ ਲੈਣਾ। ਸੋ 2 ਨੰਬਰ 'ਤੇ ਆ ਗਈ ਐਰ ਸ਼ਹਿਰ ਬਰੀਡ ਦੇ ਵਿੱਚ, 28-29 ਕਿਲੋ ਦੁੱਧ ਦਿੱਤਾ ਹੋਇਆ। ਅਤੇ 3 ਨੰਬਰ ਦੇ ਵਿੱਚ ਐਚ ਐਪ ਆ ਗਈ, ਇਹਨੇ ਵੀ 27-28 ਕਿਲੋ ਦੁੱਧ ਦਿੱਤਾ ਹੋਇਆ। ਦੋਨੇ ਬੱਚੀਆਂ ਇਕੱਠੀਆਂ ਤੋਰ ਦਾਂਗੇ, ਕਿਸੇ ਮੇਰੇ ਕਿਸਾਨ ਫਾਰਮਰ ਨੇ ਵੀਰ ਨੇ ਜੋੜਾ ਲੈਣਾ ਹੋਇਆ ਤਾਂ ਫੁੱਲ ਮਾਣ ਤਾਣ ਕੀਤਾ ਜਾਊਗਾ। ਸਾਰਾ ਰਿਕਾਰਡ ਆ ਬੱਸੀਆਂ ਦਾ, ਕਿਹੜੇ ਸੀਮਨ ਲੱਗੇ ਹੋਏ ਨੇ ਅੱਗੇ, ਕਿਹੜੇ ਦੀਆਂ ਆਪ ਨੇ, ਸਾਰਾ ਰਿਕਾਰਡ ਆ ਬੱਸੀਆਂ ਦਾ। ਇਹ ਜੋੜਾ ਬੱਸੀਆਂ ਦਾ ਆ ਗਿਆ, ਕੱਚੀਆਂ ਨੇ ਹਫ਼ਤੇ ਦੀਆਂ ਹਜੇ। ਕੋਈ ਮੇਰਾ ਵੀਰ ਇਹਨੂੰ 25-30 ਕਿਲੋ ਦੁੱਧ ਮੰਨ ਕੇ ਲੈ ਸਕਦਾ ਗਾ, ਪੂਰੇ ਕੱਦ ਕਾਠ ਵਾਲੀਆਂ ਨੇ, ਹੈਵੀ ਬੋਡੀ ਵੇਟ ਆ। ਸੋ 2 ਨੰਬਰ ਵਾਲੀ ਐਰ ਸ਼ਹਿਰ ਦੇ ਵਿੱਚ ਪੈਂਦੀ ਆ ਬਰੀਡ 'ਚ ਬੱਸੀ, ਦੇ ਸਕਦੇ ਤੁਸੀਂ ਫੇਸ ਕੁਆਲਿਟੀ ਐਰ ਸ਼ਹਿਰ ਦੀ ਬੱਸੀ। ਸੋ ਅੱਗੇ ਇਹ ਬੱਚੀ ਹੈ ਪਿਓਰ ਐਚ ਐਫ ਦੇ ਵਿੱਚ ਪੈਂਦੀ ਆ, ਫੁੱਲ ਬਰੀਡ 'ਚ ਬੱਛੀ ਆ। ਤੋਰ ਦਿਓ ਇਕੱਠੀਆਂ, ਤੋਰ ਦਿਓ, ਦੇਖ ਸਕਦੇ ਤੁਸੀਂ। ਸੋ ਤੁਹਾਨੂੰ ਤੋਰ ਕੇ ਦਿਖਾਉਣੇ ਆ ਬੱਚੀਆਂ, ਆਪਾਂ ਜੋੜਾ ਤੋਰਿਆ, ਆਪਾਂ ਪੂਰੇ ਕੱਦ ਕਾਠ ਵਾਲੀਆਂ, ਹੈਵੀ ਬੋਡੀ ਸਟਰਕਚਰ ਇਹਨਾਂ ਦੇ, ਦੇਖ ਸਕਦੇ ਤੁਸੀਂ ਹਾਈਟ ਦਾ ਅੰਦਾਜ਼ਾ ਲਾ ਸਕਦੇ ਹੋ। ਫੁੱਲ ਹਾਈਟ ਆ, ਪਿਓਰ ਐਚ ਐਫ ਬੱਛੀ ਅਤੇ ਨਾਲ ਐਰ ਸ਼ਹਿਰ ਦੀ ਬੱਛੀ, 30-30 ਕਿਲੋ ਵਾਲੀਆਂ ਬੱਚੀਆਂ ਨੇ ਇਹ, ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਪਸੰਦ ਹੋਈਆਂ। ਚਲੋ ਸੋ ਇੱਕ ਵਾਰੀ ਫਿਰ ਤੁਸੀਂ ਤੁਰਦੀਆਂ ਬੱਚੀਆਂ ਦੇਖ ਸਕਦੇ ਹੋ, ਫੁੱਲ ਸਾਈਜ਼ ਦੇ ਵਿੱਚ ਨੇ, 25-30 ਕਿਲੋ ਦੁੱਧ ਮੰਨ ਕੇ ਤੁਸੀਂ ਇਹਨਾਂ ਨੂੰ ਲੈ ਸਕਦੇ ਹੋ।
ਇੱਕ ਫੁੱਲ ਐਚ ਐਫ ਬਰੀਡ ਦੇ ਵਿੱਚ ਆ, ਲੈ ਚੱਲ ਪਤਾ ਲੈ ਚੱਲ, ਤਿੰਨ ਨੰਬਰ ਵਾਲੀ, ਅਤੇ ਇੱਕ ਦੋ ਨੰਬਰ ਵਾਲੀ ਐਰ ਸ਼ਹਿਰ ਬਰੀਡ ਦੇ ਵਿੱਚ ਆ ਗਈ, ਪੂਰਾ ਫੁੱਲ ਬੋਲੀ ਵੇਟ ਇਹਦਾ ਵੀ, ਕੰਪੈਕਟ ਆਰਡਰ ਬਣਾਉਣੀ ਆ ਇਹ। ਦੋ ਅਤੇ ਤਿੰਨ ਨੰਬਰ 'ਤੇ ਆ ਗਿਆ ਐਚ ਐਫ ਬੈੜਾਂ ਦਾ ਜੋੜਾ, ਰੇਟ ਇਹਨਾਂ ਦਾ ਜਾਇਜ਼ ਹੋਊਗਾ। ਸੋ ਜੋੜਾ ਕੋਈ ਲਾਉਂਗੇ ਮਾਣ ਤਾਣ ਫੁੱਲ ਕੀਤਾ ਹੋਊ, ਇਕੱਲੀ ਇਕੱਲੀ ਦਾ ਰੇਟ ਵੀ ਜਾਇਜ਼ ਹੋਊਗਾ, ਤੁਸੀਂ ਦੇ ਸਕਦੇ ਹੋ। ਸੂਲ ਤੋਂ ਲੈ ਕੇ ਹਵਾਨਾ ਸਟਾਰਟ ਹੁੰਦਾ ਉੱਪਰ, ਸੋਹਣਾ ਇਕੱਲਾ ਇਕੱਲਾ ਨਿੱਖੜਵਾਂ, ਚਾਰੇ ਥਾਂ ਨਿੱਖੜਵੇਂ ਆ, ਢਿੱਲਾਂ ਬਲਾਂ ਸਾਰੇ ਕੱਢ ਕੇ ਫਿਰ ਇਹਨੇ ਸੂਣਾ ਇਹਦੀਆਂ ਬਲਾਂ। ਤਿੰਨ ਨੰਬਰ ਵਾਲੀ ਬੱਸੀ ਸੋ ਠੰਡੀ ਸੀਲ ਦਿਖਾ ਦਿੰਦੇ ਹਾਂ, ਪੂਰੀ ਠੰਡੀ ਸੀਲ ਆ, ਹਰ ਢਿੱਲ ਵਾਲਾ ਸਾਰੇ ਕੱਢ ਕੇ ਫਿਰ ਸੂਗੀ, ਦੇ ਸਕਦੇ ਹੋ ਸਾਰੇ ਢਿੱਲ ਪਏ ਆ। ਸੂਲ ਤੋਂ ਹਵਾਨਾ ਸਟਾਰਟ ਹੁੰਦਾ, ਫੁੱਲ ਹਾਈਟ ਦੇ ਵਿੱਚ ਵੱਛੀ ਆ। ਅੱਗੇ ਦੋ ਨੰਬਰ ਵਾਲੀ ਵੀ ਚੈੱਕ ਕਰਾ ਦਿੰਦੇ ਤੁਹਾਨੂੰ, ਇਹਦਾ ਵੀ ਸਾਈਜ਼ ਕੰਪੈਕਟ ਆਰਡਰ ਬਣਾਉਣਾ, ਤੁਸੀਂ ਦੇ ਸਕਦੇ ਹੋ ਢਿੱਲ ਵਾਲੇ ਦੇ ਵੀ ਪੂਰੇ ਪਏ ਨੇ ਹਜੇ, ਇਹ ਕੱਢ ਕੇ ਫਿਰ ਇਹਨੇ ਸੂਣਾ ਗਾ, ਦੇ ਸਕਦੇ ਹੋ। ਅੱਗੇ ਚਾਰ ਨੰਬਰ 'ਤੇ ਵੱਛੀ ਆ ਗਈ ਜਰਸੀ, ਕਾਲੇ ਰੰਗ ਦੇ ਵਿੱਚ ਜਰਸੀ ਹੈ, ਹਜੇ 10 ਦਿਨ ਦੀ ਕੱਚੀ ਆ, ਅਤੇ ਇਹਦਾ ਰੇਟ ਉਸ ਹਿਸਾਬ ਨਾਲ ਕਰ ਦਾਂਗੇ ਆਪਾਂ ਫੋਨ 'ਤੇ। ਇਹ 10 ਦਿਨ ਦੀ ਕੱਚੀ, ਦੁੱਧ 24-25 ਕਿਲੋ ਦਿੱਤਾ ਹੋਇਆ ਨੇ, ਦੇ ਸਕਦੇ ਤੁਸੀਂ। ਅੱਗੇ ਇੱਧਰ ਗੋਲਡਨ ਕਲਰ 'ਚ ਜਰਸੀ ਆ ਗਈ, ਪੰਜ ਨੰਬਰ 'ਤੇ ਤੋਰ ਕੇ ਦਿਖਾ ਪਹਿਲਾਂ ਬੱਸੀ ਜਰਸੀ, ਸੋ ਤੁਸੀਂ ਦੇ ਸਕਦੇ ਹੋ। ਪੰਜ ਨੰਬਰ 'ਤੇ ਜਰਸੀ ਬੱਸੀ ਆ ਗਈ, ਪਹਿਲਾ ਸੂਆ ਸੀ ਰਹੇ ਆ, ਦੇ ਸਕਦੇ ਹੋ ਫੇਸ ਕੁਆਲਿਟੀ, ਮੋਟੀ ਅੱਖ ਮੱਥੇ ਟੋਆ, ਛੋਟਾ ਕਾਨਾ, ਬਰੀਡ ਦੇ ਵਿੱਚ ਬੱਸੀ ਆ, ਥਣ ਬਹੁਤ ਸੋਹਣਾ ਲੱਗਿਆ, ਇਕੱਲਾ ਇਕੱਲਾ ਨਿੱਖੜਵਾਂ ਦੇ ਸਕਦੇ ਤੁਸੀਂ, ਸੋਹਣਾ ਮੁੱਠੀ ਵਾਲਾ ਥਣ ਕੱਢੂ। ਪਹਿਲਣ ਬੱਸੀ ਸੂ ਰਹੀ ਆ, ਪਹਿਲਣ ਇਹ 15-16 ਕਿਲੋ ਦੁੱਧ ਦੇ ਦੂਗੀ, ਤੁਸੀਂ ਦੇ ਸਕਦੇ ਹੋ। ਹਵਾਨਾ ਸੋਹਣਾ ਤਿਆਰ ਕਰਦੀ ਆਉਂਦੀ ਆ, ਇਹਦੇ ਨਾਲ ਹੀ ਜਰਸੀ ਕਰੋਸ ਆ, ਐਚ ਐਫ 'ਤੇ ਜਰਸੀ ਦਾ ਕਰੋਸ ਆ, ਸੋਹਣਾ ਥਣ ਹਵਾਨਾ ਦੇ ਸਕਦੇ ਹੋ, ਨਾੜ ਚੈੱਕ ਕਰ ਸਕਦੇ ਹੋ। 6 ਨੰਬਰ 'ਤੇ ਆ ਗਈ ਥਣ, ਬਹੁਤ ਸੋਹਣਾ ਇਕੱਲਾ ਇਕੱਲਾ ਨਿੱਖੜਵਾਂ ਦੇ ਸਕਦੇ ਹੋ, ਹੱਥਾਂ 'ਚ ਵਾਈ ਵਾਲਾ, ਇਹ ਇਕੱਠੀਆਂ ਤੋਰਾਂਗੇ, ਜਰਸੀ ਕਰੋਸ ਆ, ਐਚ ਐਫ ਦੇ ਨਾਲ ਇਹ ਜਰਸੀ ਆ, ਇਕੱਠੀਆਂ ਤੋਰ ਦਿਉ। ਇਹ 5 ਅਤੇ 6 ਨੰਬਰ ਆਪਾਂ ਤੁਹਾਨੂੰ ਇਕੱਠੀਆਂ ਤੋਰ ਕੇ ਦਿਖਾਉਣੇ ਆ, ਜੇ ਸਾਨੂੰ ਜਰਸੀ ਹਜੇ 5-7 ਦਿਨ ਦੀ ਕੱਚੀ ਆ, ਹਵਾਨਾ ਲੈ ਚੱਲ ਲੈ ਚੱਲ ਪਤਾ, ਹਵਾਨਾ ਸੋਹਣਾ ਤਿਆਰ ਕਰਦੀ ਹੁੰਦੀ ਆ ਜਰਸੀ ਵੀ, ਅਤੇ ਨਾਲ ਜਰਸੀ ਕਰੋਸ ਆ, ਦੁੱਧ ਇਹਨੇ 16-17 ਕਿਲੋ ਪਹਿਲਾਂ ਦਿੱਤਾ ਹੋਇਆ, ਦੂਜਾ ਸੂਆ ਸੂਰੀ ਆ, ਜੇ ਸਕਦੇ ਤੁਸੀਂ। ਇਹ ਜਰਸੀ ਕਰੋਸ ਦੇ ਵਿੱਚ ਆ ਗਈ ਐਚ ਐਫ 'ਤੇ ਜਰਸੀ ਦਾ ਕਰੋਸ, 17-18 ਕਿਲੋ ਤੋਂ ਬਾਹਰ ਦੁੱਧ ਦੇ ਦੂ ਇਸ ਵਾਰੀ ਵੀ ਇਹ। ਸੋ ਨਾਲ ਚੈੱਕ ਕਰ ਸਕਦੇ ਤੁਸੀਂ ਜਰਸੀ, ਪਹਿਲਾ ਸੂਆ ਜਰਸੀ ਸੂਰੀ ਆ, ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਗਾ, 4-5 ਦਿਨ ਹਜੇ ਪੈਂਡਿੰਗ ਨੇ ਸੂਣ ਦੇ। ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜਾਂ ਪਸੰਦ ਹੋਈਆਂ, ਦਿੱਤੇ ਹੋਏ ਨੰਬਰਾਂ 'ਤੇ ਸੰਪਰਕ ਬਣਾ ਲਿਓ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ, ਸਿੱਧੂ ਡੇਅਰੀ ਫਾਰਮ ਕਲਾਲਾ। ਸੋ ਇਹਨਾਂ ਦੀ ਵਟਸਐਪ 'ਤੇ ਤੁਸੀਂ ਵੀਡੀਓ ਮੰਗਾ ਸਕਦੇ ਹੋ ਇਕੱਲੀ ਇਕੱਲੀ ਦੀ। ਸੋ ਤੁਸੀਂ ਦੇਖ ਸਕਦੇ ਹੋ, ਜਰਸੀਆਂ ਜ਼ਿਆਦਾਤਰ ਹੁੰਦੀਆਂ ਠੰਡੀਆਂ ਨੇ, ਢਿੱਲ ਵਾਲੇ ਦੇ ਬਹੁਤ ਪਏ ਨੇ, ਸਾਰੇ ਇਹਨੇ ਕੱਢ ਕੇ ਹਜੇ ਲਿਓਟੀ ਤਿਆਰ ਕਰਦੀ ਆਉਂਦੀ ਆ, ਢਿੱਲਾਂ ਦੁਬਾਰੇ ਦਿਖਾ ਦਿਓ ਤਾਂ, ਇਹ ਢਿੱਲ ਵਾਲ ਸਾਰੇ ਕੱਢ ਕੇ ਫਿਰ ਇਹਨੇ ਸੂਣਾ ਗਾ। ਸੋ ਇਕੱਲੀ ਇਕੱਲੀ ਦੀ ਵੀਡੀਓ ਤੁਸੀਂ ਵਟਸਐਪ 'ਤੇ ਇਹਨਾਂ ਦੀ ਮੰਗਾ ਸਕਦੇ ਹੋ, ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ, ਸਿੱਧੂ ਡੇਅਰੀ ਫਾਰਮ ਕਲਾਲਾ। ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ, ਧੰਨਵਾਦ।